ਅੱਜ ਮੈਂ ਇੱਥੇ ਮਾਨਸਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਖੁਦ ਪਹੁੰਚਿਆ ਕਿਉਂਕਿ ਕੱਲ੍ਹ ਲੋਕ ਜਨ ਸ਼ਕਤੀ ਪਾਰਟੀ ਅਤੇ ਦਲਿਤ ਮਹਾਂ ਪੰਚਾਇਤ ਦੇ ਪ੍ਰਧਾਨ ਸਰਦਾਰ ਕਿਰਨਜੀਤ ਸਿੰਘ ਗਹਿਰੀ ਆਪਣੇ ਸਾਥੀਆਂ ਸਮੇਤ ਇੱਕ ਵਫਦ ਲੈ ਕੇ ਮੇਰੇ ਕੋਲ ਆਏ ਸੀ ਜਿਹਦੇ ਵਿੱਚ ਉਹਨਾਂ ਨੇ ਫਫੜੇ ਭਾਈ ਕੇ ਜੋ ਕਿ ਇਤਿਹਾਸਕ ਗੁਰਦੁਆਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਲੋਕਲ ਕਮੇਟੀ ਦੇ ਪ੍ਰਬੰਧ ਵਿੱਚ ਉਹ ਗੁਰਦੁਆਰਾ ਸਾਹਿਬ ਚੱਲਦਾ ਉਸ ਜਗ੍ਹਾ 'ਤੇ ਜਿਹੜੀ ਘਟਨਾ ਵਾਪਰੀ ਸੀ ਉਹ ਸਾਰੇ ਮੀਡੀਆ ਦੇ ਵਿੱਚ ਆਈ ਹੈ। ਬਹੁਤ ਮੰਦਭਾਗੀ ਘਟਨਾ ਕਿ ਇੱਕ ਦਲਿਤ ਪਰਿਵਾਰ ਦੀ ਲੜਕੀ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਸੀਗਾ ਜ਼ਲੀਲ ਕੀਤਾ ਗਿਆ ਔਰ ਉਸਨੇ ਬਾਅਦ ਵਿੱਚ ਇਸ ਜਲਾਲਤ ਨੂੰ ਨਾ ਸਹਾਰਦੇ ਹੋਏ ਜਿਹੜਾ ਸੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਅਤੇ ਉਹ ਇੱਥੇ ਮਾਨਸਾ ਹੋਸਪਿਟਲ 'ਚ ਦਾਖਲ ਆ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇੰਨਾ ਮਾਣ ਸਨਮਾਨ ਰੰਗਰੇਟੇ ਗੁਰੂ ਕੇ ਬੇਟੇ ਆਖਿਆ, ਸਿੱਖ ਪੰਥ ਦੇ ਵਿੱਚ ਦਲਿਤ ਵਾਲੀ ਕੋਈ ਗੱਲ ਨਹੀਂ, ਸਾਰੇ ਬਰਾਬਰ ਆ, ਜਾਤ ਪਾਤ ਊਚ ਨੀਚ ਤਾਂ ਕੋਈ ਨਹੀਂ ਹੈ, ਇੱਕ ਖੰਡੇ ਬਾਟੇ ਦਾ ਅੰਮ੍ਰਿਤ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤਾ। ਪਰ ਬਹੁਤ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਜਾਂ ਕੋਈ ਡੇਰੇਦਾਰ ਜਿਹੜਾ ਵਿਤਕਰਾ ਕਰਦੇ ਆ ਗੁਰਮਰਿਆਦਾ ਤੋਂ ਉਲਟਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕੁਝ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸਿੱਖ ਪੰਥ ਨੂੰ ਢਾਲ ਆਉਂਦੇ ਆ ਕਿ ਜਦੋਂ ਜਾਤ ਪਾਤ ਦੇ ਜਾਤੀ ਉਹ ਵਿਤਕਰੇ ਕਰਦੇ ਆ। ਗੁਰੂ ਸਾਹਿਬ ਦਾ ਇਹ ਸਿਧਾਂਤ ਨਹੀਂ ਹੈਗਾ। ਇਹਦੇ ਉੱਤੇ ਜੋ ਸਾਨੂੰ ਵਫਦ ਨੇ ਮਿਲ ਕੇ ਸ਼ਿਕਾਇਤ ਪੱਤਰ ਦਿੱਤਾ ਵਾ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਚ, ਇਸ ਨੂੰ ਵਿਚਾਰ ਕੇ ਜੇਕਰ ਇਹਦੇ 'ਚ ਕੋਈ ਕਸੂਰ ਪਾਇਆ ਗਿਆ ਤਾਂ ਗੁਰਮਰਿਆਦਾ ਅਨੁਸਾਰ ਦੋਸ਼ੀ ਲੋਕਾਂ ਦੇ ਉੱਪਰ ਜਿਹੜੀ ਕਾਰਵਾਈ ਉਹ ਜ਼ਰੂਰ ਕੀਤੀ ਜਾਊਗੀ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਕਿ ਆਓ ਸਾਰੇ ਇਹ ਜਾਤ ਪਾਤ ਦੇ ਵਿਤਕਰੇ ਮਿਟਾ ਕੇ ਗੁਰੂ ਦੇ ਸਿਧਾਂਤਾਂ ਉੱਤੇ ਚੱਲਦੇ ਹੋਏ ਸਾਰਿਆਂ ਨੂੰ ਪਿਆਰ ਦੇ ਕਲਾਵੇ ਵਿੱਚ ਲੈ ਕੇ ਗੁਰੂ ਦੇ ਸਿਧਾਂਤ 'ਤੇ ਚੱਲਣ ਦੀ ਲੋੜ ਆ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।